ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਅੱਜ ਦੇ ਵਲੌਗ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਜੀ ਅੱਜ ਮੱਸਿਆ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ, ਅਤੇ ਇਹ ਦਿਨ ਸਭ ਲਈ ਬਹੁਤ ਖੁਸ਼ੀਆਂ ਭਰਿਆ ਲੈ ਕੇ ਆਵੇ, ਬਹੁਤ ਵਧੀਆ ਜ਼ਿੰਦਗੀ ਰਵੇ, ਇਹ ਰੱਬ ਅੱਗੇ ਅਰਦਾਸ ਕਰਦੇ ਹਾਂ ਜੀ। ਅਤੇ ਲਓ ਜੀ, ਹੁਣ ਮੈਂ ਚੱਲੀ ਸੀਗੀ ਮੱਥਾ ਟੇਕਣ ਵਾਸਤੇ, ਅਤੇ ਇਹ ਆਪਾਂ ਮੱਥਾ ਟੇਕਣ ਦਾ ਸਾਰੀ ਸਮੱਗਰੀ ਜਿਹੜੀ ਆ ਪਾ ਲਈ ਆ। ਅਸੀਂ ਚੌਦੇ ਮੱਸਿਆ 'ਤੇ ਮੱਥਾ ਟੇਕਣ ਜਾਂਦੇ ਹੁੰਦੇ ਹਾਂ ਸਾਡੇ ਬਜ਼ੁਰਗਾਂ ਦੀ ਮੱਟੀ 'ਤੇ, ਅਤੇ ਇਹ ਵੈਸੇ ਇੱਕ ਤਰ੍ਹਾਂ ਦਾ ਪੁੰਨ ਦਾਨ ਦਾ ਸਾਧਨ ਹੀ ਆ, ਬਸ ਜਿਵੇਂ ਜੰਤੂਆਂ ਨੂੰ ਜਿਵੇਂ ਕਿ ਆਪਾਂ ਪੁੰਨ ਦਾਨ ਕਰਨਾ ਹੁੰਦਾ, ਕਿਉਂਕਿ ਇਸ ਮੌਸਮ ਦੇ ਵਿੱਚ ਜਿਵੇਂ ਕਿ ਕੀੜੇ ਕੀੜੀਆਂ ਬਹੁਤ ਨਿਕਲਦੇ ਆ, ਹੈ ਨਾ, ਅਤੇ ਇਹ ਸਾਰਾ ਜਿਵੇਂ ਹੋ ਗਿਆ ਜੀ, ਇਹ ਚੋਗਾ ਹੋ ਗਿਆ, ਹੈ ਨਾ, ਦਾਣੇ ਹੋ ਗਏ, ਗੁੜ ਹੋ ਗਿਆ, ਇਹ ਸਾਰਾ ਜੀ ਜੰਤੂਆਂ ਨੇ ਸਾਰਿਆਂ ਨੇ ਖਾਣਾ, ਪੰਛੀਆਂ ਨੇ ਖਾਣਾ, ਅਤੇ ਇੱਕ ਤਰ੍ਹਾਂ ਦਾ ਬਸ ਇੱਕ ਪੁੰਨ ਦਾਨ ਹੈ ਇਹ ਜਾਣ ਦਾ, ਜਿਹੜਾ ਹੈ ਬਣਾਇਆ ਹੋਇਆ ਆਪਣੇ ਬਜ਼ੁਰਗਾਂ ਨੇ। ਅਤੇ ਘਰ ਦੇ ਤਾਂ ਹਰੀਆਂ ਸਬਜ਼ੀਆਂ ਖਾ ਖਾ ਕੇ ਅੱਕ ਗਏ, ਕਹਿੰਦੇ ਹੁਣ ਨਾ ਬਣਾਇਆ ਕਰੋ। ਅੱਜ ਫਿਰ ਮੈਂ ਅੱਲਾਂ ਦੀ ਸਬਜ਼ੀ ਬਣਾਉਣ ਲੱਗ ਗਈ, ਅੱਲਾਂ ਕੱਟ ਲਈਆਂ। ਮੰਮੀ ਤੇਰਾ ਅੰਦਰ ਤਾਂ ਲੱਗ ਗਏ ਹੁਣ ਛੋਲੇ ਸਾਫ ਕਰਨ, ਅਤੇ ਮੰਮੀ ਕਹਿੰਦੀ ਫਰੀ ਦਾ ਪਾਊਡਰ ਲੱਗ ਰਿਹਾ, ਕਿਉਂਕਿ ਇਹਦੇ ਵਿੱਚ ਆਟਾ ਜਿਹਾ ਹੁੰਦਾ, ਉੱਡ ਉੱਡ ਕੇ ਪੈ ਰਿਹਾ ਉੱਪਰ। ਲਓ ਜੀ, ਹੁਣ ਆਪਾਂ ਲੱਗੇ ਸੀ ਇੱਥੇ ਸਾਫ਼ ਸਫਾਈ ਕਰਨ ਵਾਸਤੇ, ਡਸਟਿੰਗ ਆਪਾਂ ਕਰਤੀ ਸੀ, ਝਾੜੂ ਕੱਢਣ ਲੱਗੀ ਹੋਈ ਸੀਗੀ। ਮੈਂ ਕਿਹਾ ਨਾਲ ਦੀ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇ ਦਿੰਦੀ ਹਾਂ, ਕਿਉਂਕਿ ਬਹੁਤ ਸਾਰੇ ਭੈਣ ਭਰਾ ਆਪਾਂ ਨੂੰ ਪੁੱਛ ਰਹੇ ਆ ਕਿ ਤੁਹਾਡਾ ਚੈਨਲ ਜਿਹੜਾ ਮੋਨੇਟਾਈਜ਼ ਹੋ ਗਿਆ, ਤੁਹਾਡੇ 1K ਸਬਸਕ੍ਰਾਈਬਰ ਜਿਹੜੇ ਆ ਪੂਰੇ ਹੋ ਗਏ ਆ। ਅਤੇ ਨਹੀਂ ਜੀ, ਸਾਡੇ 1K ਸਬਸਕ੍ਰਾਈਬਰ ਤਾਂ ਪੂਰੇ ਹੋ ਗਏ ਆ, ਪਰ ਹਜੇ ਵਾਚ ਟਾਈਮ ਜਿਹੜਾ ਪੂਰਾ ਨਹੀਂ ਹੋਇਆ ਗਾ, ਕਿਉਂਕਿ ਵਾਚ ਟਾਈਮ ਜਿਹੜਾ 4000 ਘੰਟੇ ਪੂਰੇ ਕਰਨੇ ਬਹੁਤ ਜ਼ਰੂਰੀ ਹੁੰਦੇ ਆ ਨਾ, ਅਤੇ ਹਜੇ 1500 ਦੇ ਅਬਵ, ਬਸ ਇਹਨੇ 1500 ਇੰਨੇ ਕੁ ਘੰਟੇ ਪੂਰੇ ਹੋਏ ਆ। ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਹੁੰਦੇ ਹਾਂ ਵੀ ਤੁਸੀਂ ਪੂਰਾ ਵਲੋਗ ਜ਼ਰੂਰ ਦੇਖਿਆ ਕਰੋ, ਕਿਉਂਕਿ ਜੇ ਤੁਸੀਂ ਵਲੋਗ ਸਕਿੱਪ ਕਰਕੇ ਦੇਖਦੇ ਹਾਂ ਤਾਂ ਆਪਾਂ ਨੂੰ ਵਾਚ ਟਾਈਮ ਬਹੁਤ ਘੱਟ ਮਿਲਦਾ ਆ, ਹੈ ਨਾ। ਅਤੇ ਇਸ ਕਰਕੇ ਹੀ ਤੁਹਾਨੂੰ ਕਹਿੰਦੇ ਹੁੰਦੇ ਹਾਂ, ਦੇਖੋ ਜੀ ਆਪਾਂ ਆਪਦੀ ਮਿਹਨਤ ਦੇ ਨਾਲ ਨਾਲ, ਹੈ ਨਾ, ਕੰਮ ਕਾਜ ਦੇ ਨਾਲ ਨਾਲ ਆਪਾਂ ਵਲੋਗ ਬਣਾ ਰਹੇ ਹਾਂ ਆਪਣੇ। ਅਤੇ ਇੰਨਾ ਤਾਂ ਹੈ ਨਹੀਂ ਵੀ ਆਪਾਂ ਮਹਿੰਗੇ ਮਹਿੰਗੇ ਸ਼ੋਰੂਮਾਂ 'ਚ ਜਾਈਏ, ਹੈ ਨਾ, ਜਾਂ ਜਿਵੇਂ ਗਰਮੀ ਆ ਅਤੇ ਪਹਾੜਾਂ ਵਿੱਚ ਜਾ ਕੇ ਘੁੰਮ ਕੇ ਉੱਥੇ ਵਲੋਗ ਬਣਾਈਏ। ਦੇਖੋ, ਜੀਦ ਹਰੇਕ ਕਿਸੇ ਦਾ ਕਰਦਾ, ਹੈ ਨਾ, ਵੀ ਅਮੀਰ ਗਰੀਬ ਹੁੰਦੇ ਆ ਅਤੇ ਹਰੇਕ ਕਿਸੇ ਦਾ ਜੀ ਕਰਦਾ ਵੀ ਆਪਾਂ ਵੀ ਘੁੰਮੀਏ ਫਿਰੀਏ ਪਹਾੜਾਂ 'ਚ ਜਾਈਏ ਗਰਮੀ ਦੇ ਵਿੱਚ, ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ, ਹੈ ਨਾ। ਜੀ ਤਾਂ ਹਰ ਕਿਸੇ ਦਾ ਕਰਦਾ, ਪਰ ਜਿਹੜੀਆਂ ਘਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਵੀ ਪੂਰੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਆ। ਅਤੇ ਆਪਾਂ ਤਾਂ ਆਪਣੀ ਮਿਹਨਤ ਕਰਦੇ ਕਰਦੇ ਨਾਲ ਵਲੋਗ ਬਣਾ ਰਹੇ ਹਾਂ, ਡੇਲੀ ਰੂਟੀਨ ਦੇ ਵਲੋਗ ਜ਼ਿਆਦਾਤਰ ਆਪਣੇ ਆ ਰਹੇ ਆ, ਹੈ ਨਾ। ਅਤੇ ਬਸ ਇਹ ਵੀ ਬਹੁਤ ਜ਼ਰੂਰੀ ਆ, ਵਾਹਿਗੁਰੂ ਆਪਾਂ ਨੂੰ ਇੰਨਾ ਕੁ ਸਵੱਸਥ ਰੱਖੇ, ਹੈ ਨਾ, ਇੰਨੀ ਕੁ ਤੰਦਰੁਸਤੀ ਦਈਏ ਦਵੇ ਕਿ ਆਪਾਂ ਕੰਮ ਕਾਜ ਦੇ ਨਾਲ ਨਾਲ ਆਪਣੇ ਵਲੋਗ ਵੀ ਬਣਾਉਂਦੇ ਰਹੀਏ, ਹੈ ਨਾ। ਅਤੇ ਤੁਹਾਨੂੰ ਵੀ ਇੰਨੀ ਤੰਦਰੁਸਤੀ ਦਵੇ ਕਿ ਤੁਸੀਂ ਵੀ ਆਪਦੇ ਕੰਮ ਕਾਜ ਦੇ ਨਾਲ ਨਾਲ ਬਿਜ਼ੀ ਰੂਟੀਨ 'ਚੋਂ ਟਾਈਮ ਕੱਢ ਕੇ ਅਤੇ ਆਪਣਾ ਵਲੋਗ ਦੇਖ ਸਕੇ ਜੀ, ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ। ਅਤੇ ਆਸ਼ਾ ਕਰਦੀ ਹਾਂ ਵੀ ਤੁਸੀਂ ਆਪਾਂ ਨੂੰ ਫੁੱਲ ਸਪੋਰਟ ਕਰੋਗੇ ਵਾਚ ਟਾਈਮ ਕੰਪਲੀਟ ਕਰਾਉਣ ਦੇ ਵਿੱਚ। ਅਤੇ ਲਓ ਜੀ, ਆਪਾਂ ਇੱਧਰ ਹੁਣ ਕੰਮ ਕਾਜ ਕਰਦੇ ਕਰਦੇ ਸਾਰਾ ਵਲੋਗ ਸ਼ੂਟ ਕਰਾਂਗੇ ਅੱਜ, ਅਤੇ ਤੁਸੀਂ ਬਸ ਪੂਰਾ ਵਲੋਗ ਜ਼ਰੂਰ ਦੇਖਿਓ ਅਤੇ ਬਣੇ ਰਹੋ ਵਲੋਗ ਦੇ ਵਿੱਚ। ਆਪਣੀਆਂ ਆਪਸ 'ਚ ਗੱਲਾਂ ਬਾਤਾਂ ਕਰ ਰਹੀ ਹਾਂ, ਤਿੰਨ ਬੈਠੀਆਂ ਤਾਰ 'ਤੇ, ਤਿੰਨੇ ਆਪਸ 'ਚ ਗੱਲਾਂ ਬਾਤਾਂ ਕਰ ਰਹੀਆਂ। ਦੇਖੋ, ਡਿਸਕਸ਼ਨ ਹੋ ਰਹੀ ਆ, ਮੀਂਹ ਆਉਣ ਵਾਲਾ ਆ, ਹੈ ਨਾ, ਮੀਂਹ ਆਉਣ ਵਾਲਾ ਆ, ਹੁਣ ਆਪਾਂ ਉਹਦਾ ਚੋਗਾ ਚੁਗਾ ਇਕੱਠਾ ਕਰ ਲਈਏ, ਫਿਰ ਮੀਂਹ 'ਚ ਕਿੱਧਰ ਭੱਜਾਂਗੇ, ਕੀ ਗੱਲਾਂ ਬਾਤਾਂ ਹੋ ਰਹੀਆਂ। ਦੇਖੋ ਜੀ, ਘਰ ਦੀ ਅੱਲਾਂ ਦੀ ਸਬਜ਼ੀ ਸਵਾਦ ਨਹੀਂ ਲੱਗਦੀ ਅਤੇ ਚੂਰੀ ਕਟਾਈ ਆ, ਹਾਂ,
ਇੱਦਾਂ ਦੇ ਹਰ ਘਰ ਦੇ ਵਿੱਚ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਚੀਜ਼ਾਂ ਪਸੰਦ ਨਹੀਂ ਹੁੰਦੀਆਂ ਖਾਣ ਵਾਲੀਆਂ, ਸਬਜ਼ੀਆਂ ਹਰੀਆਂ ਸਬਜ਼ੀਆਂ ਜਿਹੜੀਆਂ ਤਾਕਤਵਰ ਹੁੰਦੀਆਂ ਹੈ ਨਾ। ਬੂਟਿਆਂ ਵਾਲੇ ਪਹੁੰਚ ਗਏ, ਬੱਦਲ ਬਣ ਗਏ ਨਾ ਬਹੁਤ ਜ਼ਿਆਦਾ, ਬੂਟਿਆਂ ਵਾਲੇ ਪਹੁੰਚ ਗਏ, ਹੋਰ ਲਵਾ ਲਓ ਹੁਣ ਮੀਂਹ ਪੈਣ ਲੱਗ ਗਏ। ਬੱਦਲ ਤਾਂ ਕਾਫੀ ਬਣ ਗਏ ਆ, ਪਤਾ ਨਹੀਂ ਮੀਂਹ ਆਊਗਾ ਕਿ ਨਹੀਂ। ਅਤੇ ਮੈਂ ਜਾ ਰਹੀ ਸੀ ਗੁਰਦੁਆਰਾ ਸਾਹਿਬ, ਥੋੜ੍ਹਾ ਟਾਈਮ ਸਿਰ ਜਾ ਰਹੀ ਸੀ ਬੱਦਲ ਬਣਿਆ ਕਰਕੇ। ਇਸ ਹੱਦ 'ਤੇ ਕਦੇ ਗਏ ਨਹੀਂ, ਹੁਣ ਬਹੁਤ ਘੱਟ ਗਈਦਾ, ਅੱਜ ਮੌਸਮ ਠੰਡਾ ਆ। ਕਿੰਨੇ ਸੋਹਣੇ ਲੱਗ ਰਹੇ ਉੱਤੋਂ, ਸਾਡਾ ਪਿੰਡ ਦੇਖੋ ਇੱਧਰੋਂ, ਜਿੰਨਾ ਕੁ ਦੇਖਦਾ ਆਪਾਂ ਇੱਥੋਂ ਦਿਖਾ ਦਿੰਦੇ ਛੱਤ ਤੋਂ, ਕਿੰਨਾ ਸੋਹਣਾ ਲੱਗ ਰਿਹਾ। ਮੈਂ ਕਿਹਾ ਨੀਲਾ ਨੀਲਾ ਪਿੰਡ ਵੀ ਪੂਰਾ ਸੋਹਣਾ ਲੱਗ ਰਿਹਾ। ਸਾਹਮਣੇ ਰਹੀ ਆ ਵਾਟਰ ਵਰਕਸ ਦੀ ਟੈਂਕੀ, ਉੱਧਰ ਰਹਿ ਗਿਆ BSNL ਟਾਵਰ, ਇਹ ਦੇਖ ਰਿਹਾ ਇੱਧਰ, ਆਹ ਦੇਖ ਰਿਹਾ ਹੁਣ ਛੱਤ 'ਤੇ। ਬੜੇ ਦਿਨਾਂ ਬਾਅਦ ਆਏ ਹਾਂ, ਰਾਜਿੰਦਰ ਪੱਠੇ ਲੈ ਆਏ, ਕੁਤਰੀ ਜਾਂਦੇ ਘਰ ਦਾ ਲੁੱਕ ਸਾਡਾ ਇਹੋ ਜਿਹਾ ਦੇਖਦਾ ਛੱਤ ਤੋਂ। ਹੈਗੀ ਦੂਸਰੇ ਵਾਲੀ ਛੱਤ, ਮੰਮੀ ਜੀ ਦਾ ਘੁੰਮਣ ਨੂੰ ਵੀ ਜੀ ਨਹੀਂ ਕਰਦਾ। ਮੌਸਮ ਠੰਡਾ ਹੋਵੇ ਤਾਂ ਵਧੀਆ, ਛੱਤ 'ਤੇ ਜਿਵੇਂ ਮਰਜ਼ੀ ਘੁੰਮ ਲਓ, ਹਵਾ ਲੈ ਲਓ। ਟਾਈਮ 6 ਵਜੇ ਦਾ ਹੋ ਗਿਆ, ਪਰ ਅੱਗੇ 6 ਵਜੇ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਨਾ, ਆਪਣੇ ਮੀਂਹ ਦਾ ਕਿਸੇ ਦੂਜੇ ਬੰਨੇ ਹੀ ਪਾਤਾ ਲੱਗਦਾ। ਅਦਾ ਅੜੀ ਪਾਕਿਸਤਾਨ 'ਚ ਪਾਤਾ, ਅੜਿੱਕੀ ਜਾਂਦੇ ਮੀਂਹ ਨੂੰ, ਮੀਂਹ ਆਇਆ ਨਹੀਂ। ਨੀਲੇ ਨੀਲੇ ਬੱਦਲ ਦੇਖ ਕੇ ਮੈਂ ਛੇਤੀ ਛੇਤੀ ਗੁਰਦੁਆਰਾ ਸਾਹਿਬ ਜਾਏ, ਵਾਲੀ ਸਾਈਡ 'ਤੇ ਰਹਿ ਗਈ, ਇੱਧਰ ਰਹਿ ਜਾਂਦੇ ਖੇਤ, ਬੈਕ ਸਾਈਡ ਸਾਡੇ ਘਰ ਦੀ ਬੈਕ ਸਾਈਡ। ਚੱਲਦੇ ਥੱਲੇ ਤਾਰਾ ਕੱਢਦੇ ਜਾ ਕੇ, ਗਾਈਆਂ ਦਾ ਅੱਜ ਖੁਸ਼ ਹੋਣੀ ਆ ਵੀ ਟਾਈਮ ਸਿਰ ਸਾਡੀ ਸੇਵਾ ਹੋਈ ਜਾਂਦੀ। ਕਹਿੰਦੇ ਹੋਣੀ ਆ ਇੱਦਾਂ ਬੱਦਲ ਬਣੇ ਰਹੇ, ਸਾਡੀ ਟਾਈਮ ਸਿਰ ਸੇਵਾ ਹੋ ਜਾਂਦੀ, ਅਸੀਂ ਅੱਗੇ ਮੰਗਦੀਆਂ ਰਹਿੰਦੀਆਂ, ਹੈ ਕਿ ਨਹੀਂ। ਆਹ ਕਹਿੰਦੇ ਹੁਣ ਅੱਜ ਤਾਂ ਟਾਈਮ ਸਿਰ ਹੀ ਪੱਠੇ ਪਈ ਜਾਂਦੇ ਸਾਨੂੰ, ਕਦੇ ਕਦੇ। ਚਲੋ ਮੈਂ ਲਿਆਉਂਦੀ ਬਾਲਟੀਆਂ। ਲਓ ਜੀ ਇਹ ਆਪਣਾ ਸੂਟ ਤਿਆਰ ਹੋ ਗਿਆ, ਦੋਨੇ ਫੁੱਲ ਆਪਾਂ ਪੇਂਟ ਕਰ ਲਏ ਆ, ਅਤੇ ਸੋਹਣਾ ਲੱਗ ਰਿਹਾ, ਵਧੀਆ ਲੱਗ ਰਿਹਾ। ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿਹੋ ਜਿਹਾ ਲੱਗ ਰਿਹਾ। ਪਹਿਲਾਂ ਮੈਨੂੰ ਐਂ ਲੱਗ ਰਿਹਾ ਸੀ ਵੀ ਸੋਹਣਾ ਨਹੀਂ ਤਿਆਰ ਹੋਣਾ, ਪਰ ਹੁਣ ਮੈਨੂੰ ਲੱਗ ਰਿਹਾ ਵੀ ਨਹੀਂ ਵਧੀਆ ਤਿਆਰ ਹੋ ਗਿਆ ਆ। ਇਹਦਾ ਟਾਈਮ ਹੋਣ ਕਰਕੇ ਕਾਫੀ ਟਾਈਮ ਮਿਲ ਜਾਂਦਾ, ਵੈਸੇ ਤਾਂ ਬਹੁਤ ਬਿਜ਼ੀ ਸ਼ਡਿਊਲ ਹੋ ਜਾਂਦਾ ਨਾ, ਬੱਚੇ ਟਿਊਸ਼ਨ ਆਉਂਦੇ ਆ। ਅਤੇ ਇਹ ਅੱਜ ਮੈਂ ਕੰਪਲੀਟ ਕਰਤਾ ਸੂਟ ਆਪਦਾ ਜੀ, ਅਤੇ ਅੱਜ ਵਾਲਾ ਵਲੋਗ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ ਜੀ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ, ਅਤੇ ਪੂਰਾ ਵਲੋਗ ਜ਼ਰੂਰ ਦੇਖਿਆ ਕਰੋ। ਪੂਰਾ ਵਲੋਗ ਦੇਖਣ ਤੋਂ ਬਾਅਦ ਲਾਈਕ ਕਰਿਆ ਕਰੋ ਜੀ, ਕਿਉਂਕਿ ਆਪਾਂ ਨੂੰ ਵਾਚ ਟਾਈਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਤੁਹਾਡੀ ਸਪੋਰਟ ਨਾਲ ਆਪਾਂ ਅੱਗੇ ਵਧਾਂਗੇ। ਅਤੇ ਚਲੋ ਜੀ ਅੱਜ ਵਾਲੇ ਵਲੋਗ ਦਾ ਆਪਾਂ ਕਰ ਰਹੇ ਹਾਂ ਐਂਡ, ਮਿਲਾਂਗੇ ਕੱਲ੍ਹ ਨੂੰ ਇੱਕ ਨਵੇਂ ਵਲੋਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।